ਪੰਜਾਬ ਦੇ ਕਿਸਾਨਾਂ ਦੀ ਹਾਲਤ ਕਾਫੀ ਤਰਸਯੋਗ ਬਣੀ ਹੋਈ ਹੈ ਤੇ ਕਿਸਾਨਾਂ ਨੇ ਕੈਪਟਨ ਸਰਕਾਰ ਦੇ ਕਰਜ਼ਾ ਮੁਆਫੀ ਦੇ ਵਾਅਦੇ ਉੱਤੇ ਭਰੋਸਾ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਸਤਾ ਵੀ ਦਿੱਤੀ, ਪਰ ਅਜੇ ਤੱਕ ਕਿਸਾਨ ਕਰਜ਼ਾ ਮੁਕਤ ਨਹੀਂ ਹੋਏ ਅਤੇ ਪ੍ਰਾਈਵੇਟ ਬੈਂਕ ਕਿਸਾਨਾਂ ਨੂੰ ਕਰਜ਼ਾ ਨਾ ਮੋੜਨ ਕਾਰਨ ਜ਼ਮੀਨ ਕੁਰਕੀ ਦੇ ਨੋਟਿਸ ਭੇਜ ਰਹੇ ਨੇ ਅਤੇ ਇਸੇ ਗੱਲ ਦੇ ਰੋਸ ਵਜੋਂ ਅੱਜ ਫਿਰੋਜ਼ਪੁਰ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਟਕਾਉਂਦਾ ਵੱਲੋਂ ਇਲਾਹਾਬਾਦ ਬੈਂਕ ਦੇ ਬਾਹਰ ਸਬਜ਼ੀਆਂ ਰੱਖ ਕੇ ਪ੍ਰਦਰਸ਼ਨ ਕੀਤਾ ਗਿਆ। ਬੈਂਕ 'ਚੋਂ ਸਾਡੇ ਨਾਲ ਕਿਸਾਨਾਂ ਨੇ ਲੋਨ ਲਿਆ ਹੋਇਆ ਡੇਅਰੀ ਵਾਸਤੇ, ਔਰ ਸਾਰੀ ਦੁਨੀਆ ਜਾਣਦੀ ਕਿ ਪੰਜਾਬ ਦਾ ਵਿੱਚ ਜਿਹੜਾ ਡੇਅਰੀ ਡਿਵੈਲਪਮੈਂਟ ਬੋਰਡ ਤੋੜਨ ਤੋਂ ਬਾਅਦ ਡੇਅਰੀ ਦਾ ਧੰਦਾ ਜਿਹੜਾ ਤਹਿਸ ਨਹਿਸ ਹੋ ਗਿਆ, ਪਰ ਇਲਾਹਾਬਾਦ ਬੈਂਕ ਜਿਹੜਾ ਇਹ ਲਗਾਤਾਰ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਦੀ ਕੁਰਕੀ ਨਿਲਾਮੀ ਦਾ ਸਾਨੂੰ ਧਮਕੀਆਂ ਦੇ ਰਿਹਾ। ਕੱਲ੍ਹ ਵੀ ਇੱਕ ਕਿਸਾਨ ਅੰਗਰੇਜ਼ ਸਿੰਘ ਇਹਦੀ ਜ਼ਮੀਨ ਦੀ ਕੁਰਕੀ ਦੀ ਇਹਨਾਂ ਰੱਖਿਆ ਹੋਇਆ, ਸਾਡਾ ਇਹ ਪਸ਼ੂ ਇੱਥੇ ਲੈ ਕੇ ਆਉਂਦਾ, ਮਰਚਾ ਲਸਣ ਇੱਥੇ ਲੈ ਕੇ ਆਉਂਦਾ, ਮਤਲਬ ਸਿਰਫ ਇੰਨਾ ਹੈ ਕਿ ਵੇਖੋ ਸਾਡੇ 'ਚ ਕੋਈ ਬੇਈਮਾਨੀ ਨਹੀਂ, ਅਸੀਂ ਬੇਈਮਾਨੀ ਕਰਕੇ ਤੁਹਾਡੇ ਪੈਸੇ ਨਹੀਂ ਰੱਖਣਾ ਚਾਹੁੰਦੇ, ਪਰ ਸਾਡੇ ਕੋਲ ਪੈਸੇ ਵਾਪਸ ਕਰਨ ਦਾ ਸੋਰਸ ਕੋਈ ਨਹੀਂ ਗਾ। ਅਸੀਂ ਅੱਜ ਇਹਨਾਂ ਨੂੰ ਇਲਾਹਾਬਾਦ ਬੈਂਕ ਨੂੰ ਕਹਿਣ ਆਏ ਹਾਂ ਕਿ ਸਾਡੇ ਕੋਲ ਗਾਵਾਂ ਨੇ, ਤੁਹਾਡੇ ਕੋਲੋਂ ਲੋਨ ਲੈ ਕੇ ਅਸੀਂ ਗਾਵਾਂ ਖਰੀਦੀਆਂ ਦੁੱਧ ਪਾਉਣ ਲਈ, ਦੁੱਧ ਦਾ ਰੇਟ ਨਹੀਂ ਗਾ, ਤੁਸੀਂ ਕੱਲ੍ਹ ਵੀ ਵੇਖਿਆ ਯੂਪੀ ਦੇ ਵਿੱਚ ਪੰਜਾਬ ਦੀ ਇੱਕ ਗੱਡੀ ਸਾੜ ਦਿੱਤੀ, ਇਹੀ ਗਾਂ ਜਿਹੜੀਆਂ ਸਾਡੀਆਂ ਇੱਥੇ ਬੰਨੀਆਂ ਹੋਈਆਂ ਨੇ ਬਾਹਰ, ਅੱਜ ਅਸੀਂ ਇਹ ਗਾਵਾਂ ਵੇਚਾਂਗੇ, ਸਾਡੀ ਇਹ ਗਾਂ 10-10 ਹਜ਼ਾਰ 15-15 ਹਜ਼ਾਰ ਦੀ ਵਿਕਦੀ, ਜਦੋਂ ਕਿ ਇਹ ਗਾਂ ਜੇ ਬਾਹਰ ਜਾਂਦੀਆਂ ਹੁੰਦੀਆਂ ਤਾਂ 80-30 ਹਜ਼ਾਰ ਦੀ ਵਿਕਣੀ ਸੀ। ਅਸੀਂ ਗਾਵਾਂ 'ਤੇ ਆਪਦਾ ਸਮਾਨ ਲੈ ਕੇ ਆਏ ਹਾਂ ਕਿ ਸਾਡੇ ਕੋਲ ਗਾਵਾਂ ਨੇ, ਸਾਡੇ ਬੇਈਮਾਨੀ ਕੋਈ ਨਹੀਂ, ਅਸੀਂ ਲੋਨ ਦੇਣਾ ਚਾਹੁੰਦੇ ਹਾਂ, ਪਰ ਸੋਰਸ ਸਾਡੇ ਕੋਲ ਕੀ? ਸਾਡੇ ਕੋਲ ਗਾਵਾਂ ਨੇ, ਤੁਹਾਡੇ ਕੋਲ ਲੋਨ ਲੈ ਕੇ ਅਸੀਂ ਗਾਵਾਂ ਲਈਆਂ, ਆਪਦੀਆਂ ਗਾਵਾਂ ਰੱਖ ਲਓ, ਅਸੀਂ ਮਰਚ ਬੀਜੀ ਹੋਈ ਹੈ, ਸਾਡੇ ਕਿਸਾਨਾਂ ਨੇ ਮਰਚ ਬੀਜੀ ਹੈ, ਮਰਚ ਦਾ ਮੰਡੀ ਵਿੱਚ ਰੇਟ 2 ਰੁਪਈਏ ਆ, ਅਸੀਂ ਕੀ ਕਰੀਏ? ਸਾਡੀ ਮਰਚ ਤੋੜਨ ਖੋਣਾ ਪਈ ਹੋਈ ਹੈ, ਅਸੀਂ ਇਹਨਾਂ ਨੂੰ ਲਿਆ ਕੇ ਮਰਚ ਦੇ ਦਿੱਤੀ ਵੀ ਤੁਸੀਂ ਮਰਚ ਰੱਖੋ, ਜੋ ਸਾਨੂੰ ਰੇਟ ਦੇਣਾ ਦਿਓ, ਅਸੀਂ ਤੋੜ ਕੇ ਸਾਡੀ ਮਰਚ ਤੁਹਾਨੂੰ ਲਿਆ ਦਿੰਦੇ ਹਾਂ। ਲਸਣ ਲਿਆ ਕੇ ਰੱਖਿਆ ਹੋਇਆ, ਲਸਣ ਤੁਹਾਨੂੰ ਦੱਸਿਆ ਸੀ ਅਸੀਂ ਉਦਣ ਵੀ ਕਿ 18 ਰੁਪਈਏ ਕਿਸਾਨ ਨੂੰ ਘਰੇ ਪੈਂਦਾ, ਪਰ ਉਹਦਾ ਮੰਡੀ ਵਿੱਚ ਵਿਕ ਰਿਹਾ 6 ਰੁਪਈਏ, 12 ਰੁਪਈਏ ਕੋਲੋਂ ਪਾ ਕੇ ਦੇ ਰਿਹਾ। ਅਸੀਂ ਇਹੋ ਜਿਹੇ ਹਾਲਾਤਾਂ 'ਚ ਕਿੱਥੋਂ ਇਹਨਾਂ ਦੀਆਂ ਕਿਸ਼ਤਾਂ ਤਾਰੀਏ? ਪਰ ਬੈਂਕ ਸਾਡੇ ਨਾਲ ਹਮਦਰਦੀ ਕਰਨ ਦੀ ਬਜਾਏ ਸਾਡੇ ਕਿਸਾਨਾਂ ਨੂੰ ਲਗਾਤਾਰ ਪਰੇਸ਼ਾਨ ਕਰ ਰਿਹਾ ਕਿ ਤੁਹਾਡੀਆਂ ਜ਼ਮੀਨਾਂ ਦੀ ਨਿਲਾਮੀ ਕਰ ਦਿਆਂਗੇ, ਕੁਰਕੀ ਕਰ ਦਿਆਂਗੇ, ਇਸ ਕਰਕੇ ਸਾਨੂੰ ਅਜੇ ਕਦਮ ਲੈਣਾ ਪਿਆ। ਤਾਂ ਐਸਾ ਹੀ ਹੈ ਨੀਗਾ, ਕੋਈ ਸਾਧਨ ਹੀ ਹੈ ਨੀਗਾ ਕਮਾਈ ਦਾ, ਕਿ ਉਹ ਫਿਰ ਕੁਛ ਵੀ ਨਹੀਂ ਕਰ ਸਕਦਾ, ਉਹ ਜੋ ਜਿਸ ਚੀਜ਼ ਦਾ ਉਹਨੇ ਲੋਨ ਲਿਆ ਉਹੀ ਇਹਨਾਂ ਨੂੰ ਪੇਸ਼ ਕਰ ਸਕਦਾ ਵੀ ਮੈਂ ਗਾਵਾਂ ਵਾਸਤੇ ਦੁੱਧ ਦਾ ਕੰਮ ਕੀਤਾ ਸੀਗਾ, ਦੁੱਧ ਜਿਹੜਾ ਡੇਅਰੀ ਡਿਵੈਲਪਮੈਂਟ ਉਹ ਖਤਮ ਹੋ ਗਿਆ ਜੀ, ਸਰਕਾਰ ਪੰਜਾਬ ਸਰਕਾਰ ਨੇ ਜਦੋਂ ਬਦਲ ਸਰਕਾਰ ਸੀ ਉਹਨੇ ਖਤਮ ਕਰਤਾ, ਇਸ ਕੋਲ ਕੋਈ ਸੋਰਸ ਨਹੀਂ ਇਸ ਕਿਸਾਨ ਕੋਲ, ਇਹਦੇ ਕੋਲ ਜੋ ਹੈਗਾ ਉਹ ਬੈਂਕ ਦੇ ਸਾਹਮਣੇ ਉਹਨੇ ਲਿਆ ਕੇ ਰੱਖ ਦਿੱਤਾ, ਕਿਉਂਕਿ ਗਾਵਾਂ ਵਾਸਤੇ ਲਿਆ ਸੀ, ਗਾਵਾਂ ਇਹਨੇ ਸਾਹਮਣੇ ਲਿਆ ਕੇ ਰੱਖਤੀ ਹੈ, ਮੈਂ ਪੈਸੇ ਨਹੀਂ ਦੇ ਸਕਦਾ। ਨਾਭਾ ਦੇ ਪਟਿਆਲਾ ਗੇਟ ਚੌਂਕ ਵਿਖੇ ਜਿੱਥੇ ਹਰ ਸਮੇਂ ਆਵਾਜਾਈ ਰਹਿੰਦੀ ਹੈ, ਉੱਥੇ ਸਥਿਤ ਸਾਈਕਲਾਂ ਦੀ ਦੁਕਾਨ ਅੰਦਰ ਹਵਾ ਭਰਨ ਵਾਲੇ ਕੰਪਰੈਸ਼ਰ ਦੇ ਫਟਣ ਨਾਲ ਇੱਕ ਵੱਡਾ ਧਮਾਕਾ ਹੋ ਗਿਆ ਅਤੇ ਧਮਾਕੇ ਦੇ ਵਿੱਚ ਦੁਕਾਨ ਦਾ ਮਾਲਕ ਜਸਪਾਲ ਬੱਤਰਾ ਆਪਣੀ ਦੁਕਾਨ ਤੋਂ ਬਾਹਰ ਗਿਰ ਗਿਆ ਅਤੇ ਬੁਰੀ ਤਰ੍ਹਾਂ ਜ਼ਖਮੀ ਹੋਇਆ। ਇਹ ਘਟਨਾ ਨਾਲ ਲੱਗੇ ਹੋਏ CCTV ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਦੁਕਾਨ ਮਾਲਕ ਦੀ ਜ਼ਿਆਦਾ ਹਾਲਤ ਖਰਾਬ ਹੋਣ ਕਰਕੇ ਉਸ ਨੂੰ ਰਜਿੰਦਰ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ। ਜਸਪਾਲ ਬੱਤਰਾ ਸੀ, ਉਹ ਸਾਈਕਲਾਂ ਦੇ ਪੈਂਚਰਾਂ ਦਾ ਲਾਉਣ ਦਾ ਕੰਮ ਕਰਦਾ, ਕਿਤੇ ਉਹ ਗੈਸ ਆਪਣੇ ਹਵਾ ਭਰ ਰਿਹਾ ਸੀ, ਹਵਾ ਭਰਦੇ ਭਰਦੇ ਕਿਤੇ ਉਹਨੇ ਖਿਆਲ ਹੀ ਕੀਤਾ ਕਿ ਹਵਾ ਵੱਧ ਹੋ ਗਈ, ਜਿਸ ਕਾਰਨ ਉਹ ਟੈਂਕੀ ਦਾ ਇੱਕ ਸਾਈਡ ਤੋਂ ਫਟ ਗਈ, ਫਟਣ ਨਾਲ ਜਿਹੜੀ ਹੈ ਉਹਦੇ ਸੱਟਾਂ ਸੁੱਟਾਂ ਲੱਗੀਆਂ ਨੇ, ਅਤੇ ਜਿਹਨੂੰ ਚੱਕ ਕੇ ਹਸਪਤਾਲ ਪਹੁੰਚਾ ਦਿੱਤਾ ਗਿਆ ਅਤੇ ਜੇ ਇਲਾਜ ਹੈ। ਕਿਸ ਤਰ੍ਹਾਂ ਦੀ ਹਾਲਤ? ਠੀਕ ਹੈ, ਠੀਕ ਹੈ, ਕੋਈ ਪ੍ਰੋਬਲਮ ਨਹੀਂ। ਉਹਨੇ ਉਹ ਥੋੜ੍ਹਾ ਜਿਹਾ ਜ਼ਖਮ ਜ਼ਿਆਦਾ ਹੋਣ ਕਰਕੇ ਇੱਥੇ ਪ੍ਰੋਪਰ ਅਰੇਂਜਮੈਂਟ ਨਹੀਂ ਹੈਗਾ, ਖਤਰੇ ਤੋਂ ਬਾਹਰ ਹੈ। ਮੈਂ ਅੰਦਰ ਬੈਠਾ ਸੀਗਾ, ਕੰਮ ਕਰ ਰਿਹਾ ਸੀ, ਜਦ ਮੈਂ ਸੁਣਿਆ ਵੀ ਬਾਹਰ ਇੱਕ ਪਟਾਕਾ ਹੋਇਆ ਬਹੁਤ ਵੱਡਾ, ਜਦ ਮੈਂ ਬਾਹਰ ਆ ਕੇ ਦੇਖਿਆ ਤਾਂ ਸੈਂਟੀ ਹੇਠਾਂ ਗਿਰਿਆ ਪਿਆ ਸੀਗਾ ਅਤੇ ਖੂਨ ਦੇ ਨਿਕਲਿਆ ਸੀਗਾ, ਅਤੇ ਉਹਨੂੰ ਚੱਕ ਕੇ ਅਸੀਂ ਗੱਡੀ ਪਾ ਕੇ ਪੜਾਇਆ ਲਿਆ।